Hanji, welcome back to Gills Mentor online e-learning platform and very good morning to everyone. And I hope ਤੁਸੀਂ ਸਾਰੇ ਜਣੇ ਠੀਕ ਹੋਵੋ, ਆਪਣੀ ਪ੍ਰੈਪਰੇਸ਼ਨ ਕਾਫੀ ਅੱਛੀ ਕਰ ਰਹੇ ਹੋਵੋ। ਸੋ ਬੱਚੇ ਇੱਕ ਵਾਰੀ ਕਨਫਰਮ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਦੈਟ ਐਮ ਆਈ ਆਡੀਬਲ ਐਂਡ ਵਿਜ਼ੀਬਲ ਪ੍ਰੋਪਰਲੀ, ਦੈਨ ਵੀ ਵਿਲ ਸਟਾਰਟ ਆਵਰ ਟੂ ਸੈਸ਼ਨ ਠੀਕ ਹੈ ਫॉर ਦੀ ਕਰੰਟ ਅਫੇਅਰਸ। ਤੇ ਅੱਜ ਹੈ ਜੀ 5th ਆਫ ਜਨਵਰੀ 2024 ਤੇ ਅੱਜ ਆਪਾਂ ਜੋ ਹੈ ਆਪਣੇ ਜਿਹੜੇ ਕਰੰਟ ਅਫੇਅਰ ਹੈਗੇ ਫॉर ਦਾ 5th ਆਫ ਜਨਵਰੀ ਉਹਨਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਸੋ ਫਟਾਫਟ ਆ ਜਾਓ ਸਾਰੇ ਜਣੇ, ਦੈਨ ਫਿਰ ਸਟਾਰਟ ਕਰਦੇ ਹਾਂ ਜੀ ਸੈਸ਼ਨ ਨੂੰ। ਤੇ ਸੈਸ਼ਨ ਨੂੰ ਇੱਕ ਵਾਰੀ ਲਾਈਕ ਐਂਡ ਸ਼ੇਅਰ ਕਰ ਦਿਓ ਸੋ ਦੈਟ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹ ਤੱਕ ਜੇ ਆਪਣਾ ਐਂਡ ਬਾਕੀਆਂ ਦੀ ਹੈਲਪ ਹੋ ਸਕੇ। ਚਲੋ ਜੀ ਕਰਦੇ ਹਾਂ ਜੀ ਫਿਰ ਆਪਾਂ ਸਟਾਰਟ, ਐਂਡ ਪਲੀਜ਼ ਟਰਾਈ ਟੂ ਆਨਸਰ ਦੀ ਕੁਐਸਚਨ। ਜਿਹੜੇ ਕੁਐਸਚਨ ਹੈਗੇ ਆ ਉਹਨਾਂ ਨੂੰ ਆਨਸਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਸੋ ਦੈਟ ਕਿ ਤੁਹਾਡਾ ਲੌਜਿਕ ਜਿਹੜਾ ਹੈ ਨਾ ਆਨਸਰ ਕਰਨ ਦਾ ਉਹ ਕਲੀਅਰ ਹੋਵੇ। ਚਲੋ ਜੀ, ਸੋ ਦਿਸ ਇਜ਼ ਦੀ ਫਸਟ ਕੁਐਸਚਨ। ਕੁਐਸਚਨ ਸੇਜ਼ ਦੈਟ ਵਿਚ ਕੰਟਰੀ ਹੈਜ਼ ਫਾਈਲਡ ਅ ਜੈਨੋਸਾਈਡ ਕੇਸ ਅਗੇਂਸਟ ਇਜ਼ਰਾਈਲ ਇਨ ਜਨਵਰੀ 2024। ਕਿਸ ਦੇਸ਼ ਨੇ ਨਸਲਕੁਸ਼ੀ ਦਾ ਕੇਸ ਦਰਜ ਕੀਤਾ ਹੈ ਜਨਵਰੀ ਇਜ਼ਰਾਈਲ ਦੇ ਖਿਲਾਫ? ਸਾਊਥ ਅਫਰੀਕਾ ਨੇ, ਸਾਊਦੀ ਅਰੇਬੀਆ ਨੇ, ਰਸ਼ੀਆ ਨੇ ਜਾਂ ਫਿਰ ਹੈ? ਹਾਂਜੀ, ਵੈਰੀ ਗੁੱਡ ਮਾਰਨਿੰਗ ਜੀ। ਸੋ ਵਿਚ ਕੰਟਰੀ ਹੈਜ਼ ਫਾਈਲਡ ਅ ਜੈਨੋਸਾਈਡ ਕੇਸ ਅਗੇਂਸਟ ਇਜ਼ਰਾਈਲ ਇਨ 2024? ਕਿਹੜੀ ਕੰਟਰੀ ਨੇ ਜੋ ਹੈ ਕੇਸ ਦਰਜ ਕੀਤਾ ਹੈ ਜੀ ਇਜ਼ਰਾਈਲ ਦੇ ਖਿਲਾਫ 2024 ਦੇ ਵਿੱਚ? ਇਸ ਦਾ ਰਾਈਟ ਆਨਸਰ ਰਹੇਗਾ ਬੱਚੇ ਸਾਊਥ ਅਫਰੀਕਾ। ਠੀਕ ਹੈ, ਸਾਊਥ ਅਫਰੀਕਾ ਨੇ ਜੋ ਹੈ ਇੱਕ ਜੈਨੋਸਾਈਡ ਕੇਸ ਜਿਹੜਾ ਹੈ ਜੀ ਇਜ਼ਰਾਈਲ ਦੇ ਖਿਲਾਫ ਜਨਵਰੀ 2024 ਦੇ ਵਿੱਚ ਫਾਈਲ ਕੀਤਾ ਹੈ। ਐਂਡ ਇਸ ਕੇਸ ਨੂੰ ਕਿੱਥੇ ਫਾਈਲ ਕੀਤਾ ਗਿਆ ਹੈ ਜੀ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ, ਦੈਟ ਇਜ਼ ਦੀ ICJ ਦੇ ਵਿੱਚ ਜੋ ਹੈ ਇਸਨੂੰ ਫਾਈਲ ਕੀਤਾ ਗਿਆ ਹੈ। ਕਹਿੰਦੇ ਕਿ ਜਿਹੜਾ 1948 ਜੈਨੋਸਾਈਡ ਕਨਵੈਨਸ਼ਨ ਹੋਈ ਸੀਗੀ, 1948 ਦੇ ਵਿੱਚ ਇੱਕ ਜੈਨੋਸਾਈਡ ਕਨਵੈਨਸ਼ਨ ਹੋਈ ਸੀ ਤੇ ਉਹਦੇ ਵਿੱਚ ਜਿਹੜੇ ਵੀ ਓਬਲੀਗੇਸ਼ਨ ਸੀ ਉਹਨਾਂ ਨੂੰ ਇਜ਼ਰਾਈਲ ਨੇ ਕੀ ਕੀਤਾ ਹੈ? ਵਾਇਲੇਟ ਕੀਤਾ ਹੈ। ਸੋ ਦੈਟ ਇਜ਼ ਵਾਈ ਜੋ ਹੈ ਸਾਊਥ ਅਫਰੀਕਾ ਨੇ ਉਹਨਾਂ ਦੇ ਖਿਲਾਫ ਜੋ ਹੈ ਇਜ਼ਰਾਈਲ ਦੇ ਖਿਲਾਫ ਕੇਸ ਨੂੰ ਦਾਇਰ ਕੀਤਾ। ਕਹਿੰਦੇ ਕਿ ਅਕਤੂਬਰ 7 ਤੋਂ, 7 ਅਕਤੂਬਰ ਤੋਂ ਜੋ ਹੈ ਇਜ਼ਰਾਈਲ ਨੇ ਜਿਹੜੇ ਅਟੈਕ ਕੀਤੇ ਹੈ ਗਾਜ਼ਾ ਦੇ ਉੱਪਰ, ਠੀਕ ਹੈ, ਉਹਦੇ ਵਿੱਚ ਜੋ ਹੈ ਲਗਭਗ 22,185 ਲੋਕੀ ਜਿਹੜੇ ਹੈ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਐਟਲੀਸਟ 57,000 ਲੋਕੀ ਜਿਹੜੇ ਹੈ ਜੀ ਉਹ ਜ਼ਖਮੀ ਹੋ ਚੁੱਕੇ ਹੈ, ਇੰਜਰਡ ਹੋ ਚੁੱਕੇ ਹੈ। ਤੇ ਜੈਨੋਸਾਈਡ ਪਤਾ ਕੀ ਹੁੰਦਾ ਹੈ? ਮਤਲਬ ਜਿਹੜਾ ਕਤਲੇਆਮ ਕੀਤਾ ਜਾਂਦਾ ਹੈ ਨਾ, ਖੂਨ ਖਰਾਬਾ ਕੀਤਾ ਜਾਂਦਾ ਹੈ। ਸੋ ਇਸ ਚੀਜ਼ ਕਰਕੇ ਉਹਨਾਂ ਦੇ ਉੱਪਰ ਇਹ ਕੇਸ ਜਿਹੜਾ ਹੈ ਦਰਜ ਕੀਤਾ। ਸੋ ਜੀ ਨੈਕਸਟ ਕੁਐਸਚਨ ਹੈ ਆਪਣੇ ਕੋਲ, ਕਹਿੰਦੇ ਵਟ ਇਜ਼ ਦੀ ਰੈਂਕ ਆਫ ਇੰਡੀਆਸ ਪਾਸਪੋਰਟ ਇਨ ਦਾ ਆਰਟਨ ਕੈਪੀਟਲ ਪਾਸਪੋਰਟ ਇੰਡੈਕਸ? ਆਰਟਨ ਕੈਪੀਟਲ ਪਾਸਪੋਰਟ ਇੱਕ ਇੰਡੈਕਸ ਹੈਗਾ ਆ, ਸੂਚਕਾਂਕ ਹੈਗਾ, ਉਹਦੇ ਵਿੱਚ ਜਿਹੜਾ ਭਾਰਤ ਦਾ ਪਾਸਪੋਰਟ ਹੈ ਉਸਦਾ ਕੀ ਦਰਜਾ ਹੈ? 66, 68, 71st ਜਾਂ ਫਿਰ 74? ਆਨਸਰ ਕਰੋ ਵੀ ਬੱਚੇ। ਵਟ ਇਜ਼ ਦੀ ਰੈਂਕ ਆਫ ਇੰਡੀਆਸ ਪਾਸਪੋਰਟ ਇਨ ਦਾ ਆਰਟਨ ਕੈਪੀਟਲ ਪਾਸਪੋਰਟ ਇੰਡੈਕਸ? ਆਰਟਨ ਕੈਪੀਟਲ ਪਾਸਪੋਰਟ ਇੰਡੈਕਸ ਦੇ ਵਿੱਚ ਜਾਂ ਫਿਰ ਸੂਚਕਾਂਕ ਦੇ ਵਿੱਚ ਭਾਰਤ ਦੇ ਪਾਸਪੋਰਟ ਦਾ ਕੀ ਦਰਜਾ ਹੈ? ਹਾਂਜੀ, ਵੈਰੀ ਗੁੱਡ ਮਾਰਨਿੰਗ ਜੀ ਸ਼ਨਾਸ। ਸੋ ਬੱਚੇ ਇਸ ਦਾ ਰਾਈਟ ਆਨਸਰ ਰਹੇਗਾ 66, ਠੀਕ ਹੈ। 66ਵਾਂ ਨੰਬਰ ਹੈਗਾ ਜੀ ਆਪਣੇ ਭਾਰਤ ਦੇ ਪਾਸਪੋਰਟ ਦਾ। ਸੋ ਕਹਿੰਦੇ ਇੱਕ ਲੇਟੈਸਟ ਪਾਸਪੋਰਟ ਇੰਡੈਕਸ ਜਿਹੜਾ ਹੈ ਜੀ ਆਰਟਨ ਕੈਪੀਟਲ ਜਿਹੜਾ ਕਿ UAE ਦਾ ਹੈਗਾ ਆ, ਠੀਕ ਹੈ, ਸੋ ਉਹਦੇ ਵਿੱਚ UAE ਨੇ ਜੋ ਹੈ ਟੌਪ ਕੀਤਾ ਹੈ ਐਸ ਦੀ ਕੰਟਰੀ ਵਿਦ ਸਟਰੋਂਗੈਸਟ ਟਰੈਵਲ ਡਾਕੂਮੈਂਟ। ਹੁਣ ਸਭ ਤੋਂ ਨੰਬਰ 1 ਤੇ ਅਗਰ ਪੁੱਛਿਆ ਜਾਵੇ, ਠੀਕ ਹੈ, ਕਿ ਆਰਟਨ ਕੈਪੀਟਲ ਇੰਡੈਕਸ ਹੈਗਾ ਉਹਦੇ ਵਿੱਚ
से केड़ी कंट्री का पासपोर्ट आंदा है, द यूनाइटेड अरब एमीरेट्स, दैट इज दी द पासपोर्ट जो है सब तो, ते ओदा जेड़ा स्कोर बनता है जी 180, 180 180 ओदा जो है स्कोर बनता है। टोटल 130 कंट्रियां जेड़ियां हैगियां ना उहनां दे विच गल करी ते जेड़ा इंडिया दा पासपोर्ट है ओह आंदा जी 66वें नंबर ते। तो जी नेक्स्ट क्वेश्चन है, कहिंदे हू हैज बिकम फर्स्ट यूनियन टेरिटरी ਦੀ ਕਰਮਾ ਯੋਜਨਾ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਹੈ, ਲਦਾਖ, ਜੰਮੂ ਐਂਡ ਕਸ਼ਮੀਰ ਜਾਂ ਫਿਰ ਲਕਸ਼ਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਣੀ। ਹੂ ਹੈਜ਼ ਬਿਕਮ ਫਸਟ ਯੂਨੀਅਨ ਟੈਰੀਟਰੀ PM ਵਿਸ਼ਵਕਰਮਾ ਯੋਜਨਾ, ਪ੍ਰਧਾਨ ਮੰਤਰੀ ਵਿਸ਼ਵਕਰਮਾ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਦੇਸ਼ ਕਿਹੜਾ ਬਣਿਆ ਹੈ? ਵੈਰੀ ਗੁੱਡ, ਠੀਕ ਹੈ। ਜੰਮੂ ਐਂਡ ਕਸ਼ਮੀਰ, ਜੰਮੂ ਐਂਡ ਕਸ਼ਮੀਰ ਹੈ ਜੋ ਪਹਿਲਾ ਯੂਨੀਅਨ ਟੈਰੀਟਰੀ ਹੈ ਸਾਡੇ ਭਾਰਤ ਦਾ, ਜਿਸ ਨੇ ਪ੍ਰਧਾਨ ਮੰਤਰੀ ਕਰਮਾ ਯੋਜਨਾ ਬਾਈ ਵੀ ਸਕਦੇ ਹਾਂ ਉਸਨੂੰ ਇੰਪਲੀਮੈਂਟ ਕੀਤਾ ਹੈ। ਐਂਡ ਇਸ ਨੂੰ ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ ਹੈ ਜੀ? ਮਿਨਿਸਟਰੀ ਆਫ ਮਾਈਕਰੋ ਸਮਾਲ ਤੇ ਮੀਡੀਅਮ ਇੰਟਰਪ੍ਰਾਈਜ਼ਸ ਨੇ ਸਪਟੈਂਬਰ 2023 ਦੇ ਵਿੱਚ ਜੋ ਹੈ ਇਸ ਯੋਜਨਾ ਨੂੰ ਲਾਂਚ ਕੀਤਾ ਸੀਗਾ। ਤੇ ਕਹਿੰਦੇ ਕਿ ਜਿਹੜੇ ਸਾਡੇ ਕਾਰੀਗਰ ਹੈਗੇ ਆ, ਜਿਹੜੇ ਸਾਡੇ ਆਰਟੀਜ਼ਨ ਹੈ, ਕ੍ਰਾਫਟ ਪੀਪਲ ਹੈਗੇ, ਪੁਰਾਣੇ ਟਾਈਮ ਕੰਮ ਕਰਦੇ ਆ ਰਹੇ ਆ, ਕਹਿੰਦੇ ਉਹਨਾਂ ਦੀ ਕੁਆਲਿਟੀ ਨੂੰ ਆਪਾਂ ਇੰਪਰੂਵ ਕਰਨਾ ਹੈ ਤੇ ਉਹਨਾਂ ਦੇ ਪ੍ਰੋਡਕਟਸ ਤੇ ਸਰਵਿਸਿਜ਼ ਤੱਕ ਜੋ ਹੈ ਪਹੁੰਚਣਾ ਹੈ। ਓਕੇ, ਤੇ ਟੈਗ ਲਾਈਨ ਕੀ ਹੈਗੀ ਹੈ ਜੀ ਇਸ ਦੀ? ਸਮਾਨ ਸਮਰਥਯ ਸਮਰਿੱਧੀ, ਸਮਾਨ ਸਮਰਥਯ ਸਮਰਿੱਧੀ ਜੋ ਹੈ ਇਸ ਦੀ ਟੈਗ ਲਾਈਨ ਹੈਗੀ ਹੈ ਇਸ ਕੀ। ਨੈਕਸਟ ਕੁਐਸਚਨ ਹੈ, ਵਿਚ ਕੰਟਰੀ ਹੈਜ਼ ਟੇਕਨ ਦਾ ਬ੍ਰਿਕਸ ਚੇਅਰਮੈਨਸ਼ਿਪ 2000? ਕਹਿੰਦੇ ਕਿਸ ਦੇਸ਼ ਨੇ 2024 ਵਿੱਚ ਬ੍ਰਿਕਸ ਦੀ ਪ੍ਰਧਾਨਗੀ ਲਈ ਹੈ? ਸਾਊਥ ਅਫਰੀਕਾ ਨੇ, ਚਾਈਨਾ ਨੇ, ਇੰਡੀਆ ਜਾਂ ਫਿਰ ਰਸ਼ੀਆ? ਵਿਚ ਕੰਟਰੀ ਹੈਜ਼ ਟੇਕਨ ਦਾ ਬ੍ਰਿਕਸ ਚੇਅਰਮੈਨਸ਼ਿਪ 2024? ਹਾਂਜੀ, ਸਪਟੈਂਬਰ 2023 ਦੇ ਵਿੱਚ ਜੋ ਹੈ ਇਸਨੂੰ ਲਾਂਚ ਕੀਤਾ ਗਿਆ ਹੈ ਜੀ। ਤੋ ਕਿਹੜੀ ਕੰਟਰੀ ਨੇ ਲਈ ਹੈ ਜੀ ਇਸ ਦੀ ਪ੍ਰਧਾਨਗੀ? ਤਾਂ ਆਪਾਂ ਗੱਲ ਕਰਦੇ ਹਾਂ ਜੀ ਰਸ਼ੀਆ। ਓਕੇ, 1 ਜਨਵਰੀ 2024 ਨੂੰ ਰਸ਼ੀਆ ਨੇ ਬ੍ਰਿਕਸ ਚੇਅਰਮੈਨਸ਼ਿਪ ਕਵਰ ਕੀਤਾ ਹੈ। ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਵਲਾਦੀਮੀਰ, ਉਹਨਾਂ ਨੇ ਜੋ ਹੈ ਮਤਲਬ ਇੱਕ ਕਮਿਟਮੈਂਟ ਕੀਤੀ ਕਿ ਆਪਾਂ ਜੋ ਹੈ ਗਲੋਬਲ ਡਿਵੈਲਪਮੈਂਟ ਸਿਕਿਉਰਿਟੀ ਦੇ ਉੱਪਰ ਜੋ ਹੈ ਕੰਮ ਕਰਾਂਗੇ। ਤੇ ਥੀਮ ਕੀ ਹੈ? ਸਟਰੈਂਥਨਿੰਗ ਦਾ ਮਲਟੀਲੇਟਰਲਿਜ਼ਮ ਫੋਰ ਇਕੁਇਟੇਬਲ ਗਲੋਬਲ ਡਿਵੈਲਪਮੈਂਟ ਐਂਡ ਦਾ ਥੀਮ ਹੈ ਜਿਹੜੀ 16th ਬ੍ਰਿਕਸ ਸਮਿਟ ਹੈ, ਹੈ ਨਾ, 16ਵੀਂ ਜਿਹੜੀ ਬ੍ਰਿਕਸ ਸਮਿਟ ਹੈ ਉਹ ਕਿੱਥੇ ਹੋਣੀ ਹੈ? ਐਂਡ ਦਿਸ ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਸੋ ਕਜ਼ਾਨ ਰਸ਼ੀਆ ਦੇ ਵਿੱਚ ਹੀ ਹੋਈ, ਕਜ਼ਾਨ ਰਸ਼ੀਆ ਦੇ ਵਿੱਚ ਹੀ ਜੋ ਹੈ ਹੋਣੀ ਹੈ। ਕਦੋਂ? ਅਕਤੂਬਰ 2024 ਨੂੰ ਕਰਵਾਈ ਜਾਣੀ ਹੈ 16ਵੀਂ ਬ੍ਰਿਕਸ, ਠੀਕ ਹੈ। ਸੋ ਆਪਸ਼ਨ 4 ਇਜ਼ ਦਾ ਰਾਈਟ ਆਨਸਰ। ਨਾਓ ਜੀ ਆਪਣਾ ਨੈਕਸਟ ਕੁਐਸਚਨ ਹੈਗਾ ਆ, ਕਹਿੰਦੇ ਹਾਊ ਮੈਨੀ ਕੰਟਰੀਜ਼ ਹੈਵ ਜੁਆਇਨਡ ਦ ਬ੍ਰਿਕਸ ਇਨ ਜਨਵਰੀ 2024? ਬ੍ਰਿਕਸ ਨੂੰ ਜਨਵਰੀ 2024 ਦੇ ਵਿੱਚ ਕਿੰਨੀ ਕੰਟਰੀ ਜੁਆਇਨ ਕੀਤਾ ਹੈ ਜਾਂ ਫਿਰ ਕਿੰਨੇ ਦੇਸ਼ ਬ੍ਰਿਕਸ ਸ਼ਾਮਿਲ ਹੋਏ ਹਨ? 2 ਕੰਟਰੀਆਂ, 3, 5 ਜਾਂ 6? ਹਾਊ ਮੈਨੀ ਕੰਟਰੀਜ਼ ਹੈਵ ਜੁਆਇਨ ਦ ਬ੍ਰਿਕਸ ਇਨ ਜਨਵਰੀ 2024? ਕਿੰਨੀ ਕੰਟਰੀਆਂ ਨੇ ਬ੍ਰਿਕਸ ਨੂੰ ਜੋ ਹੈ ਜੁਆਇਨ ਕੀਤਾ ਹੈ ਜੀ? ਤਾਂ 5 ਕੰਟਰੀਆਂ ਨੇ ਇਸ ਨੂੰ ਜੁਆਇਨ ਕੀਤਾ ਹੈ। ਕਿਹੜੀਆਂ ਕਿਹੜੀਆਂ ਕੰਟਰੀਆਂ ਹੈਗੀਆਂ ਜੀ? ਇਜਿਪਟ, ਇਥੋਪੀਆ, ਇਰਾਨ, ਸਾਊਦੀ ਅਰੇਬੀਆ ਤੇ UAE, ਠੀਕ ਹੈ। ਇਹ 5 ਕੰਟਰੀਆਂ ਹੈ ਜਿਨ੍ਹਾਂ ਨੇ ਬ੍ਰਿਕਸ ਨੂੰ ਜੁਆਇਨ ਕੀਤਾ ਹੈ, ਠੀਕ ਹੈ। ਸੋ ਬ੍ਰਿਕਸ ਜਿਹੜੀ ਹੈ ਉਸਦੀ ਫੁੱਲ ਫਾਰਮ ਤੁਹਾਨੂੰ ਪਤਾ ਕਿ ਕੰਟਰੀਆਂ
ਹੈਗੇ ਆ ਹਨਾ, ਉਹਨਾਂ ਨੂੰ ਯੂਜ਼ ਕਰਕੇ ਇਸ ਬਣਾਇਆ ਗਿਆ ਹੈ। ਬ੍ਰਾਜ਼ੀਲ, ਰਸ਼ੀਆ ਹੋ ਗਿਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ, ਇਹ ਜੋ ਹੈ ਬ੍ਰਿਕਸ ਬਣਦਾ ਹੈ। ਠੀਕ ਹੈ, ਤੋ ਇਹ ਚੀਜ਼ ਤੁਸੀਂ ਦੇਖਣਾ ਹੈ। ਐਂਡ ਹੁਣ ਟੋਟਲ ਜੋ ਹੈ ਇਹਦੇ ਵਿੱਚ 10 ਕੰਟਰੀਆਂ, 10 ਮੈਂਬਰ ਕੰਟਰੀਆਂ ਦੇ ਵਿੱਚ ਟੋਟਲ। ਸੋ ਜੀ ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਹੈਜ਼ ਵਨ ਦਾ ਪਿਊਬਿਟੀ ਸਪੋਰਟ ਮੈਨਸ ਐਥਲੀਟ ਆਫ ਦਾ ਈਅਰ 2020 ਅਵਾਰਡ। ਕਹਿੰਦੇ ਹੂ ਹੈਜ਼ ਵਨ ਦਾ ਪਿਊਬਿਟੀ ਸਪੋਰਟ ਮੈਨਸ ਐਥਲੀਟ ਆਫ ਦਾ ਈਅਰ 2020 ਅਵਾਰਡ। ਵਿਰਾਟ ਕੋਹਲੀ, ਲਿਓਨ ਮੈਸੀ, ਨੋਵਾਕ ਡਿਜੋਵਿਕ ਜਾਂ ਫਿਰ ਪੈਟ ਕਿਊਮਿਨਸ। Who has won the Puberty Sport Men's Athlete of the Year? Then right answer should be the Virat Kohli. Yeah, ona ne jo hai Puberty Man Athlete of the Year 2023 award jada hai ji kya hai the Lionel Messi nu hara ke jede bowler hegi ya theek hai ona nu jo hai haraya hai te 78% votes jehdiyan miliyan hai kehnde tonu baki pata hi hai Virat Kohli ne 2008 de vich debut kita si Sri Lanka de khilaf ODI match ਐਂਡ ਈਵਨ ਉਹਨਾਂ ਨੂੰ ਅਰਜਨ ਅਵਾਰਡ ਵੀ ਮਿਲਿਆ ਹੈ 2023 ਦੇ ਵਿੱਚ ਤੇ ਪਦਮ ਸ਼੍ਰੀ ਅਵਾਰਡ ਵੀ ਬਚ 2017 ਦੇ ਵਿੱਚ। ਸੋ ਜੀ ਨੈਕਸਟ ਕੁਐਸਚਨ ਹੈ, ਕਹਿੰਦੇ ਪਿਊਬਿਟੀ ਸਪੋਰਟ ਵੁਮੈਨਸ ਐਥਲੀਟ ਆਫ ਦਾ ਈਅਰ 2023 ਅਵਾਰਡ ਕਿਸ ਨੂੰ ਮਿਲਿਆ ਹੈ? ਮੈਂ ਤਾਂ ਵਿਰਾਟ ਕੋਹਲੀ ਨੂੰ ਮਿਲਿਆ ਹੈ। ਐਂਡ ਨਾਓ ਇਫ ਵੀ ਟਾਕ ਅਬਾਊਟ ਦੀ ਵੁਮੈਨ ਐਥਲੀਟ ਆਫ ਦਾ ਈਅਰ ਤਾਂ ਕਿਸ ਨੂੰ ਮਿਲਿਆ ਹੈ ਜੀ? ਕੋਕੋ ਗੌਫ, ਇਤਾਨਾ ਬੋਨਮਾਤੀ, ਲਗਾ ਸਵੈਤਿਕ ਜਾਂ ਫਿਰ ਇਲਿਨ। Who has won the PBT Women's Athlete of the Year 2020? Right answer आएगा जी Etana Bonmati। ठीक है, ये कौन है कि एक स्पेनिश फुटबॉलर है कि 76% वोट्स जिन्हें है ते जेडे कोको गोफ है कि है ना जेडे कि अमेरिकन टेनिस प्लेयर है कोको गोफ उन उन्होंने जो है 24% वोट्स ही मिले। सो राइट आंसर आएगा जी Etana Bonmati जो कि स्पेनिश फुटबॉलर है। नेक्स्ट क्वेश्चन है, ਕਹਿੰਦੇ ਅ ਗ੍ਰੀਵੈਂਸ ਰਿਡਰੈਸਰ ਪੋਰਟਲ ਆਵਾਮ ਸੇ ਆਵਾਮ ਕੇ ਲਈ ਇਸ ਨੂੰ ਕਿਸ ਦੇ ਦੁਆਰਾ ਜੋ ਹੈ ਲਾਂਚ ਕੀਤਾ ਗਿਆ? ਇੱਕ ਕਹਿੰਦੇ ਸ਼ਿਕਾਇਤ ਨਿਵਾਰਨ ਪੋਰਟਲ ਹੈਗਾ ਆ, ਠੀਕ ਹੈ, ਐਂਡ ਜਿਹਦਾ ਨਾਮ ਹੈ ਆਵਾਮ ਸੇ ਆਵਾਮ ਕੇ ਲਈ, ਇਹ ਕਿਸ ਦੇ ਦੁਆਰਾ ਲਾਂਚ ਕੀਤਾ ਗਿਆ ਸੀ? ਦਿੱਲੀ ਦੇ ਦੁਆਰਾ, ਪੰਜਾਬ, ਜੰਮੂ ਐਂਡ ਕਸ਼ਮੀਰ ਜਾਂ ਫਿਰ ਲੱਦਾਖ ਦੇ ਦੁਆਰਾ? ਰਾਈਟ ਆਨਸਰ ਓਬਵੀਅਸਲੀ, ਠੀਕ ਹੈ ਜੀ, ਵਰਡਿੰਗ ਸੋ ਜੋ ਹੈ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਆਵਾਮ ਸੇ ਆਵਾਮ ਕੇ ਲਈ। ਸੋ ਇਹ ਵਰਡਿੰਗ ਜਿਹੜੀ ਜੰਮੂ ਐਂਡ ਕਸ਼ਮੀਰ, ਠੀਕ ਹੈ, ਸੋ ਜਿਹੜੇ DGP ਹੈ ਜੰਮੂ ਐਂਡ RR ਸਵਾਈਨ ਜੋ ਹੈ ਉਹਨਾਂ ਨੇ ਇਹ ਜਿਹੜਾ ਪੁਲਿਸ ਰੈਸਰ ਪੋਰਟਲ ਜਿਹੜਾ ਹੈ ਜਿਹਦਾ ਨਾਮ ਆਵਾਮ ਸੇ ਆਵਾਮ ਕੇ ਲਈ ਜੋ ਹੈ ਲਾਂਚ ਕੀਤਾ ਹੈ। ਠੀਕ ਹੈ, ਤੇ ਕਹਿੰਦੇ ਜਿਹੜੇ ਉੱਥੋਂ ਦੇ ਸਿਟੀਜ਼ਨਸ ਹੈਗੇ ਆ ਜਾਂ ਫਿਰ ਪਰਸਨਲ ਹੈਗੇ ਆ ਉਹਨਾਂ ਨੂੰ ਅਗਰ ਕੋਈ ਚਾਹੁੰਦਾ ਤਾਂ ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਪੋਰਟਲ ਹੈ ਉਹਨੇ ਲਾਂਚ ਕੀਤਾ। ਉਹਦੀ ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚ ਦੀ ਵਨ ਟਾਈਮ ਸੈਟਲਮੈਂਟ ਸਕੀਮ? ਕਿਹੜੀ ਰਾਜ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਹੈ ਜੀ? ਗੁਜਰਾਤ, ਉੱਤਰਾਖੰਡ, ਪੰਜਾਬ ਜਾਂ ਫਿਰ ਹਰਿਆਣਾ? ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚ ਦੀ ਵਨ ਟਾਈਮ ਸੈਟਲਮੈਂਟ? ਕਿਹੜੀ ਰਾਜ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਹੈ? ਗੁਜਰਾਤ, ਉੱਤਰਾਖੰਡ, ਪੰਜਾਬ ਜਾਂ ਫਿਰ ਹਰਿਆਣਾ? ਸ਼ਾਬਾਸ਼, ਫਟਾਫਟ। ਸੋ ਜੀ ਇਸ ਦਾ ਰਾਈਟ ਆਨਸਰ ਆਏਗਾ ਜੀ ਹਰਿਆਣਾ।
ओके, तो ये सीएम हैगे जी हरियाणा दे मनोज लाल, उन्होंने वन टाइम सेटलमेंट 2020 फॉर्म हैगी है, दैट इज दी ओटीएस, ठीक है, इस साइज ते टैक्सेशन डिपार्टमेंट दे द्वारा जो है उन्होंने लॉन्च करवाया है, ते कहंदे जी आउटस्टैंडिंग टैक्स पेमेंट है, ठीक है, कहंदे उन्होंने उस इशू सॉल्व करना है मेन जीएसटी इंप्लीमेंट होने पहला जिहड़ियां टैक्स वालियां जिहड़ी प्रॉब्लम्स सी ਜਾਂਦੀਆਂ ਆਊਟਸਟੈਂਡਿੰਗ ਹੈਗੀਆਂ ਪਈਆਂ ਹੋਈਆਂ ਸੀਗੀਆਂ ਸੋਲਵ ਨਹੀਂ, ਉਹਨਾਂ ਨੂੰ ਸੋਲਵ ਕਰਨਾ ਇਹ ਹੈ ਮੇਨ ਹੈਗਾ ਆ, ਤੇ 1 ਜਨਵਰੀ 2024 ਮਤਲਬ ਇਫੈਕਟ ਦੇ ਵਿੱਚ ਆਇਆ ਹੈ, ਲਾਗੂ ਹੋਇਆ, ਤੇ ਕਦੋਂ ਤੱਕ ਰਹੇਗਾ, 30 ਮਾਰਚ 2024 ਤੱਕ ਜੋ ਹੈ ਕੰਟੀਨਿਊ ਰਹੇ। ਸੋ ਦ ਨੈਕਸਟ ਕੁਐਸਚਨ ਹੈ, ਵਿਚ ਕੰਟਰੀ ਹੈਜ਼ ਬੈਨਡ ਦ ਚਾਈਨੀਜ਼ ਸ਼ਿਪਸ ਇਨ ਇਟਸ ਐਕਸਕਲੂਸਿਵ ਜ਼ੋਨ, ਕਿਸ ਦੇਸ਼ ਨੇ ਆਪਣੇ ਵਿਸ਼ੇ ਆਰਥਿਕ ਖੇਤਰ ਚੀਨੀ ਜਹਾਜ਼ਾਂ ਤੇ ਪਾਬੰਦੀ ਲਗਾ ਦਿੱਤੀ ਹੈ, ਬਾਂਗਲਾਦੇਸ਼, ਸ਼੍ਰੀ ਲੰਕਾ, ਇੰਡੀਆ ਜਾਂ ਫਿਰ ਆਸਟ੍ਰੇਲੀਆ। ਵਿਚ ਕੰਟਰੀ ਹੈਜ਼ ਬੈਨ ਦ ਚਾਈਨੀਜ਼ ਸ਼ਿਪਸ ਇਨ ਇਟਸ ਐਕਸਕਲੂਸਿਵ ਜ਼ੋਨ, ਜਿਹੜਾ ਉਹਦਾ ਆਪਣਾ ਇਕਨੋਮਿਕ ਜ਼ੋਨ ਹੈਗਾ ਆ, ਠੀਕ ਹੈ, ਕਿਸੇ ਕੰਟਰੀ ਦਾ ਹੈ ਕਿ ਚੀਨੀ ਜਹਾਜ਼ ਉੱਥੇ ਐਂਟਰ ਹੁੰਦੇ, ਸੋ ਕਿਹੜਾ ਹੈ ਜੀ, ਬਾਂਗਲਾਦੇਸ਼ ਹੈ, ਸ਼੍ਰੀਲੰਕਾ ਹੈ, ਇੰਡੀਆ ਜਾਂ ਫਿਰ ਆਸਟ੍ਰੇਲੀਆ। ਸੋ ਸ਼੍ਰੀਲੰਕਾ, ਠੀਕ ਹੈ, ਸ਼੍ਰੀਲੰਕਾ ਨੇ ਜੋ ਹੈ ਇੱਥੇ ਚਾਈਨੀਜ਼ ਸ਼ਿਪਸ ਜੋ ਹੈ ਬੈਨ ਲਗਾਇਆ ਹੈ ਜਨਵਰੀ 2024, 1 ਸਾਲ ਦਾ ਬੈਨ ਲਗਾਇਆ ਗਿਆ ਹੈ, ਠੀਕ ਹੈ, ਤੇ ਜਿਹੜੇ ਚਾਈਨੀਜ਼ ਰਿਸਰਚ ਵੈਸਲਸ ਹੈਗੇ ਆ ਜਿਹੜੇ ਰਿਸਰਚ ਕਰਦੇ ਆ ਨਾ, ਠੀਕ ਹੈ, ਉਹਨਾਂ ਦੇ ਉੱਪਰ ਇਹ ਬੈਨ ਲਗਾਇਆ, ਤੋਂ 200 ਨੋਟੀਕਲ ਮਾਈਲਸ ਦੂਰ ਹੀ ਰਹਿਣਗੇ, ਕਹਿੰਦੇ ਜਿਹੜੇ ਕੰਟਰੀ ਦਾ ਟੈਰੀਟੋਰੀ ਹੈਗਾ ਸ਼੍ਰੀਲੰਕਾ ਦਾ, ਉਹ 200 ਨੋਟੀਕਲ ਮਾਈਲ ਦੂਰ ਹੈ ਉੱਥੇ ਉਹ ਰਹਿਣਗੇ। ਸੋ ਜੀ ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਹੈਜ਼ ਲਾਂਚਡ ਅ ਨਿਊ ਈ ਕਮਰਸ ਸਟਾਰਟਅਪ ਓਪ ਡੋਰ, ਕਹਿੰਦੇ ਇੱਕ ਨਵਾਂ ਈ ਕਮਰਸ ਸਟਾਰਟਅਪ ਜਿਹੜਾ ਹੈ ਜੀ ਓਪ ਡੋਰ ਜਿਹੜਾ ਹੈ ਕਿਸਨੇ ਲਾਂਚ ਕੀਤਾ ਹੈ, ਕ੍ਰਿਸ਼ਨ ਰਾਘਵਨ, ਫਾਲਗੁਨੀ ਨਾਇਰ, ਸਚ ਕੰਸਲ ਜਾਂ ਫਿਰ ਬੀ। ਹਾਂਜੀ ਬਿਲਕੁਲ ਜੀ, ਰਿਸਰਚ ਵਾਈਕਲਸ ਹੁੰਦੇ ਬੱਚੇ ਓਸ਼ੀਅਨਸ, ਉਹ ਹਮੇਸ਼ਾ ਮਤਲਬ ਕਰਦੇ ਰਹਿੰਦੇ ਆ ਕਾਫੀ ਸਾਰੇ, ਤੁਹਾਨੂੰ ਪਤਾ ਹੈ ਕਿ ਨੋਟ ਓਨਲੀ ਚਾਈਨਾ ਦੇ ਬਹੁਤ ਸਾਰੀ ਕੰਟਰੀਜ਼ ਰਿਸਰਚ ਵਾਈਕਲਸ ਹੈਗੇ, ਉਹ ਹਮੇਸ਼ਾ ਹੀ ਕੰਮ ਆਪਣਾ ਕਰਦੇ ਹੀ ਰਹਿੰਦੇ। ਰਾਈਟ ਆਨਸਰ ਆਏਗਾ ਜੀ ਬਿਨ ਬਾਂਸਲ, ਠੀਕ ਹੈ, ਸੋ ਫਲਿੱਪਕਾਰਟ ਦੇ ਜਿਹੜੇ ਕੋ ਫਾਊਂਡਰ ਹੈਗੇ ਬਿਨ ਬਾਂਸਲ, ਉਹਨਾਂ ਨੇ ਨਾ ਇੱਕ ਨਵਾਂ ਈ ਕਮਰਸ ਸਟਾਰਟਅਪ ਜੋ ਹੈ ਮਤਲਬ ਲਾਂਚ ਕੀਤਾ ਹੈ ਜਿਹਦਾ ਨਾਮ ਹੈਗਾ ਓਪ ਡੋਰ, ਜਿਹੜਾ ਕੀ ਹੋਏਗਾ ਬਿਜ਼ਨਸ ਟੂ ਬਿਜ਼ਨਸ ਪਲੇਟਫਾਰਮ, ਇਹਦੇ ਵਿੱਚ ਕੀ ਹੈ ਇਹ ਸੋਫਟਵੇਅਰ ਹੈਗਾ ਇੱਕ ਨਾ, ਤੇ ਜਿਹੜੀ ਇਮਰਜਿੰਗ ਈ ਕਮਰਸ ਬ੍ਰਾਂਡ ਹੈਗੇ ਆ ਨਾ ਉਹਨਾਂ ਨੂੰ ਗਲੋਬਲੀ ਐਕਸਪੈਂਡ ਕਰਨਾ ਹੈ, ਠੀਕ ਹੈ, ਸੋ ਫਲਿੱਪਕਾਰਟ ਦੇ ਕੋ ਫਾਊਂਡਰ ਬਿਨ ਬਾਂਸਲ ਜੀ ਕੋ ਫਾਊਂਡਰ ਹੈ, ਫਾਊਂਡਰ ਕੋਈ ਹੋਰ ਹੈਗੀ ਆ, ਹੁਣ ਤੁਸੀਂ ਦੱਸੋਗੇ ਕੌਣ ਹੈ ਜੀ। ਹੂ ਹੈਜ਼ ਬੀਨ ਅਪੁਆਇੰਟਡ ਐਸ ਦੀ ਐਮ ਡੀ ਐਂਡ ਸੀ ਕੀਆ ਇੰਡੀਆ, ਕੀਆ ਇੰਡੀਆ ਦੇ ਐਮ ਡੀ ਅਤੇ ਸੀ ਵਜੋਂ ਕੀਆ ਹੈ, ਕਿਊ ਜ਼ੂ ਸਿੰਘ, ਸੋਏ ਮਿਸੂਨ, ਪੰਜੂ ਲੀ ਜਾਂ ਫਿਰ ਚਿਊ ਸਿੰਘ। ਹੂ ਹੈਜ਼ ਬੀਨ ਅਪੁਆਇੰਟਡ ਐਸ ਦੀ ਐਮ ਡੀ ਐਂਡ ਦੀ ਕੀਆ ਇੰਡੀਆ, ਇਸ ਦਾ ਰਾਈਟ ਆਨਸਰ ਆਏਗਾ ਜੀ ਕਿ ਗਵਾਂਜੂ ਲੀ ਜਿਹੜੇ ਹੈ ਜੀ ਉਹਨਾਂ ਨੂੰ ਦਾ ਇੰਡੀਆ ਦਾ ਇੱਕ ਨਵਾਂ ਐਮਡੀ ਐਗਜ਼ੀਕਿਊਟਿਵ ਆਫੀਸਰ ਤੇ ਇਮੀਡੀਏਟ ਇਫੈਕਟ ਦੇ ਤੌਰ ਤੇ ਅਪਾਇੰਟ ਕੀਤਾ ਗਿਆ ਹੈ, ਉਹ ਐਮਡੀ ਹੈਗੇ ਜੀ, ਉਹਨਾਂ ਤੋਂ ਪਹਿਲਾਂ ਕੂ ਕਿਊਨ ਸ਼ਿਮ ਸੀਗੇ, ਇਹ ਜਿਨ ਪਾਕ ਜਿਹੜੇ ਐਮਡੀ
या इंडिया। सो द नेक्स्ट क्वेश्चन है, कैन द डोंग जोन हैज बीन अपॉइंटेड एज द न्यू डिफेंस मिनिस्टर ऑफ विच कंट्री। डोंग जोन जो है जी उन्होंने हमें डिफेंस अपॉइंट किया गया है किस कंट्री दे, साउथ कोरिया दे, वियतनाम, म्यांमार या फिर चाइना। डोंग जोन हैज बीन अपॉइंटेड एज द न्यू डिफेंस मिनिस्टर ऑफ विच कंट्री। डोंग जोन को किस देश का नवा रक्षा मंत्री किया गया है, साउथ कोरिया, वियतनाम, म्यांमार या फिर। हियर द राइट आंसर शुड द चाइना। कि चाइना नु जो है इथे क्या है एंड जेडे ओना तो पहले ना 2 महीने हो हमें डिफेंस या ओ सब हटा देते ना दी जगह चाइना दे डोंग जोन डिफेंस मिनिस्टर अपॉइंट किया गया है। हाँ जी नेम दे हिसाब दे नाल ही पता लग जाता। तो नेक्स्ट क्वेश्चन है, हु हैज ब्रेक द वुमेन वर्ल्ड 5 किलोमीटर रिकॉर्ड, यानी महिला विश्व 5 किलोमीटर रिकॉर्ड क्या है। तुंजिया वैंग ने, फेथ कीपन, कार्मेलिटा जेटर या फिर बिट्राइस छेबिट। हु हैज ब्रेक द वुमेन वर्ल्ड 5 किलोमीटर रिकॉर्ड, महिला विश्व 5 किलोमीटर रिकॉर्ड है क्या है। राइट आंसर बिट्राइस छेबिट जी है जी केन्या तो बिलोंग करते हैं। तो शी हैड स्मैश द वर्ल्ड 5 किलोमीटर रिकॉर्ड कितने बार्सिलोना दे विच एंड 23 साल दे है क्या ते उन्होंने 14 मिनट 13 सेकंड दे विच जो है मतलब इंप्रूव जो पहला सीगा रिकॉर्ड 5 किलोमीटर का 14 मिनट 29 सेकंड दे विच कंप्लीट किया गया सीगा सितंबर 2021 दे विच ते उस रिकॉर्ड नो इन्होंने 14 मिनट 13 सेकंड दे है कंप्लीट करके दौड़ नो 5 किलोमीटर तोड़ देता है। तो नेक्स्ट क्वेश्चन हैगा जी, कहते हु रिसेंटली टू कमांड ऑफ द चेतक कॉप्स एज जनरल ऑफिसर कमांडिंग। हाल ही दे विच जनरल अफसर कमांडिंग वजो चेतक कोर दी कमांड किसने संभाली है जी, जंगेंद्र सिंह, विजय वर्मा, अतुल कुमार और दी संजय राय। हु रिसेंटली टू कमांड ऑफ चेतक कॉप्स एज जनरल ऑफिसर कमांडिंग। राइट आंसर शुड बी द नगेंद्र सिंह। ठीक है तो लेफ्टिनेंट जनरल है जी नगेंद्र सिंह ने चेतक कोर कमांड है रिसेंटली ओवर किया है तो वो की बने हैं जी 34th जनरल ऑफिसर कमांडिंग बने हैं। उन्हों तो पहला इतने संजीव राय सीगे जो कि लेफ्टिनेंट जनरल ही सीगे 31 दिसंबर 2023 रिटायर हो गए। ठीक है तो जनरल सिंह वॉज कमीशन इन टू पंजाब रेजिमेंट 1989 जो नगेंद्र सिंह गया पंजाब रेजिमेंट 1989 तो कमीशन गया सीगा ते इंडियन मिलिट्री अकैडमी जो देहरादून दे विच है उथों दे एलुमनाई भी है। ठीक है तो जी नेक्स्ट क्वेश्चन है, कहिंदे इंडिया हैज स्टार्टेड इट्स टेन्योर एज अ मेंबर ऑफ यूनाइटेड नेशन स्टैटिस्टिक फॉर द 2 इयर्स फॉर 4 इयर्स या फिर 5 इयर्स या फिर 6 ईयर। कहिंदे भारत ने संयुक्त राष्ट्र दे अंकड़ा कमीशन मेंबर वजो अपना कार्यकाल शुरू किया। ठीक है जेड़ा इंडिया है वो अपना मतलब मेंबर बनया है फॉर द यूनाइटेड नेशन स्टैटिस्टिकल साल ली 2 साल 4 साल 5 साल या फिर 6 साल। अपना कार्यकाल जड़ा है जी शुरू किया है जी भारत ने किन्ने साल दे ली। राइट आंसर आएगा बच्चे 4 साल दे ली। ठीक
रिसेंटली इंडिया ने जो है अपनी जो 4 ईयर टर्म है, मतलब 4 साल दे लिए अपने टर्न्योर नू स्टार्ट कीता है, ते एक ही बनया है जी, इंडिया मेंबर बनया है यूनाइटेड नेशन स्टैटिस्टिक का। ठीक है, जी वो यूनाइटेड नेशन स्टैटिस्टिकल कमीशन है, एक सुप्रीम बॉडी है ग्लोबल स्टैटिस्टिकल सिस्टम दी, जिसनों 1947 दे विच एस्टैब्लिश कीता। इस कमीशन दे विच मेंबर कंट्रीयां ना यूनाइटेड यूनाइटेड नेशन मेंबर कंट्री। ਤੇ ਲਾਸਟ ਅਗਰ ਅਸੀਂ ਗੱਲ ਕਰੀਏ 2024 ਤੋਂ ਪਹਿਲਾਂ ਇੰਡੀਆ ਕਦੋਂ ਮੈਂਬਰ ਬਣਿਆ ਸੀ ਇਸ ਦਾ, 2004 ਦਾ। ਠੀਕ ਹੈ, ਸੋ ਜੀ ਨੈਕਸਟ ਕੁਐਸਚਨ ਹੈ, ਕਹਿੰਦੇ ਅਸਾਮ ਸੀਐਮ ਲਾਂਚਡ ਹਾਊ ਮੈਨੀ ਇਲੈਕਟ੍ਰਿਕ ਬੱਸਿਸ ਇਨ ਗੁਵਾਹਾਟੀ ਟੂ ਕੰਬੈਕ ਦੀ ਪੋਲੂਸ਼ਨ। ਕਹਿੰਦੇ ਅਸਾਮ ਦੇ ਮੁੱਖ ਮੰਤਰੀ ਨੇ ਮੁਕਾਬਲਾ ਕਰਨ ਦੇ ਲਈ ਗੁਵਾਹਾਟੀ ਦੇ ਵਿੱਚ ਕਿੰਨੀਆਂ ਇਲੈਕਟ੍ਰਿਕ ਬੱਸਾਂ ਲਾਂਚ ਕੀਤੀਆਂ ਹਨ, 200, 240, 290 ਜਾਂ ਫਿਰ 300। असम सीएम लॉन्च्ड हाउ मेनी इलेक्ट्रिक बसेस इन गुवाहाटी टू कॉम्बैट दी पोल्यूशन, तो इस द राइट आंसर आएगा बच्चे 200। ठीक है, असम ਦੇ ਜਿਹੜੇ सीएम ਹੈ ਉਹਨਾਂ ਦਾ ਨਾਮ ਹਿਮੰਤ ਬਿਸਵ ਸ਼ਰਮਾ, ਉਹਨਾਂ ਨੇ 1 ਜਨਵਰੀ ਨੂੰ 200 ਇਲੈਕਟ੍ਰਿਕ ਬਸੇਸ ਜਿਹੜੀਆਂ ਹੈ ਗੁਵਾਹਾਟੀ ਤੋਂ ਫਲੈਗ ਆਫ ਕੀਤਾ ਹੈ ਉਹਨਾਂ ਨੂੰ। ਠੀਕ ਹੈ, ਤੋਂ ਲਾਂਚ ਕੀਤੀ ਹੈ, ਤੇ ਕਹਿੰਦੇ ਕਿ ਜਿਹੜਾ ਪੋਲਿਊਸ਼ਨ ਇਨਵਾਇਰਨਮੈਂਟ ਬਣਾਉਣ ਦੇ ਲਈ ਸਰਕਾਰ ਦਾ ਇੱਕ ਸਭ ਤੋਂ ਵੱਡਾ ਜੋ ਹੈ ਕਦਮ ਹੈਗਾ ਆ। ਐਂਡ ਉਸ ਤੋਂ ਇਲਾਵਾ ਜੋ ਹੈ ਅਸਾਮ ਸੀ ਹੈਗੀ ਆ ਉਹਨਾਂ ਨੇ ਕਿਹਾ ਹੈ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ। ਠੀਕ ਹੈ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਜਿਹਨੂੰ ਆਪਾਂ ਐਨਸੀਐਮ, ਉਹ ਵੀ ਇਹਨਾਂ ਦੇ ਦੁਆਰਾ ਹੀ ਜੋ ਹੈ ਲਾਂਚ ਕੀਤਾ ਗਿਆ ਹੈ। ਸੋ ਇਹ ਵੀ ਪੁੱਛ, ਠੀਕ ਹੈ, ਇਹ ਕੀ ਹੈਗਾ ਵਰਸੇਟਾਈਲ ਟਰਾਂਸਪੋਰਟ ਕਾਰਡ ਹੈਗਾ ਆ ਗੁਹਾਟੀ ਦੇ ਵਿੱਚ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ। ਸੋ ਜੀ ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਸਟੇਟ ਗਵਰਨਮੈਂਟ ਹੈਜ਼ ਬੈਨਡ ਦ ਪਰਚੇਜ਼ ਆਫ ਐਗਰੀਕਲਚਰ ਲੈਂਡ ਬਾਈ ਆਊਟਸਾਈਡ, ਕਿਸ ਰਾਜ ਸਰਕਾਰ ਨੇ ਬਾਹਰਲੇ ਲੋਕਾਂ ਦੁਆਰਾ ਖੇਤੀ, ਛੱਤੀਸਗੜ੍ਹ, ਮੱਧ ਪ੍ਰਦੇਸ਼। ਇਟ ਸਟੇਟ ਗਵਰਨਮੈਂਟ ਹੈਜ਼ ਬੈਨਡ ਦ ਪਰਚੇਜ਼ ਆਫ ਐਗਰੀਕਲਚਰਲ ਲੈਂਡ ਬਾਈ ਦਾ ਆਊਟਸਾਈਡ, ਬੱਚੇ ਰਾਈਟ ਆਂਸਰ ਹੈਗਾ ਜੀ ਇਸਦਾ ਉੱਤਰਾਖੰਡ। ਠੀਕ ਹੈ, ਰੀਸੈਂਟਲੀ ਜਿਹੜੀ ਉੱਤਰਾਖੰਡ ਗਵਰਨਮੈਂਟ ਹੈ ਉਹਨਾਂ ਨੇ ਵੀ ਇੱਕ ਇੰਤਰਿਮ ਬੈਨ ਲਗਾਇਆ ਹੈ ਕੁਝ ਕਿ ਜਿਹੜੇ ਬਾਹਰਲੇ ਲੋਕ ਹੈਗੇ ਆਊਟਸਾਈਡਰ ਜਿਹੜੇ ਹੈਗੇ ਆ ਉਹ ਇੱਥੇ ਐਗਰੀਕਲਚਰ ਲੈਂਡ ਜਿਹੜੀ ਹੈ ਜਾਂ ਫਿਰ ਹੋਰਟੀਕਲਚਰ ਲੈਂਡ ਜਿਹੜੀ ਹੈ ਉਹ ਨਹੀਂ ਲੈ ਸਕਦੇ ਇਸ ਸਟੇਟ ਦੇ ਵਿੱਚ। 2004 ਦੇ ਵਿੱਚ ਜਿਹੜਾ ਸੀਗਾ ਅਮੈਂਡਮੈਂਟ ਕੀਤਾ ਗਿਆ ਹੈ ਸੈਕਸ਼ਨ 154 ਦੇ ਵਿੱਚ, ਜਿਹੜਾ ਉੱਤਰ ਪ੍ਰਦੇਸ਼ ਜ਼ਮੀਨਦਾਰੀ ਐਬੋਲਿਸ਼ਨ ਲੈਂਡ ਫਾਰਮ ਐਕਟ ਸੀਗਾ 1950 ਦਾ, ਉਹਦੇ ਚੇਂਜ ਕੀਤਾ ਹੈ। ਠੀਕ ਹੈ, ਜਿਹੜੇ ਆਊਟਸਾਈਡਰ ਹੈਗੇ ਜਾ ਕੇ ਨਹੀਂ ਲੈ ਸਕਦੇ। ਉੱਤਰਾਖੰਡ ਇਸ ਦਾ ਰਾਈਟ ਆਨਸਰ। ਸੋ ਜੀ ਨੈਕਸਟ ਕੁਐਸਚਨ ਹੈ ਬੱਚੇ, ਹੂ ਹੈਜ਼ ਟੇਕਨ ਚਾਰਜ ਆਫ ਦੀ ਵੈਸਟਰਨ ਨਵਲ ਕਮਾਂਡ, ਪੱਛਮੀ ਜਲ ਸੈਨਾ ਕਮਾਂਡ ਦਾ ਚਾਰਜ ਕਿਸਨੇ ਸੰਭਾਲਿਆ ਹੈ, ਸੰਜੇ ਜਸਜੀਤ ਸਿੰਘ, ਸੁਰਿੰਦਰ ਨਾਥ, ਵਿਸ਼ਨੂੰ ਭਾਗਵਤ ਜਾਂ ਫਿਰ ਨਿਰਮਲ ਵਰਮਾ। ਹੂ ਹੈਜ਼ ਟੇਕਨ ਦੀ ਚਾਰਜ ਆਫ ਦੀ ਵੈਸਟਰਨ ਨਵਲ ਕਮਾਂਡ, ਰਾਈਟ ਆਨਸਰ ਸੰਜੇ ਜਸਜੀਤ ਸਿੰਘ। ਠੀਕ ਹੈ ਜੀ, ਵਾਈਸ ਐਡਮਾਇਰਲ ਸੰਜੇ ਜਸਜੀਤ ਹੈ ਜੀ ਐਜ਼ ਦੀ ਫਲੈਗ ਆਫਿਸਰ ਕਮਾਂਡਿੰਗ ਇਨ ਆਫ ਦੀ ਵੈਸਟਰਨ ਨੈਵਲ ਕਮਾਂਡ, ਐਂਡ ਕਹਿੰਦੇ ਕਿ ਹੀ ਟੁੱਕ ਚਾਰਜ ਫਰੋਮ ਦੀ ਵਾਈਸ ਐਡਮਾਇਰਲ ਦਿਨੇਸ਼ ਕੇ ਤ੍ਰਿਪਾਠੀ ਸੀਗੇ। ਠੀਕ ਹੈ, ਇੱਕ ਨਾ ਇੱਕ ਸੈਰੇਮਨੀ ਕਰਵਾਈ ਗਈ ਸੀ ਸ਼ਿਖਰ ਦੀ, ਉਹਦੇ ਵਿੱਚ ਜੋ ਹੈ ਉਹਨਾਂ ਨੇ ਕਮਾਂਡ ਨੂੰ
लिया है। तो द नेक्स्ट क्वेश्चन इज विच कंट्री हैज स्टूड सेकेंड इन एशिया इन टर्म्स ऑफ डेथ ड्यू कैंसर। कैंसर नाल होने वाले मौतों के मामले दे विच कितना देश आते हैं, चाइना, इंडिया, जापान या फिर बांग्लादेश। विच कंट्री हैज स्टूड सेकेंड इन इंडिया इन टर्म्स ऑफ द डेथ्स ड्यू द कैंसर। राइट आंसर आएगा जी इंडिया। ठीक है, इंडिया दे विच लगभग कहते 12 लाख नवे कैंसर केसेस देखो नु मिले। 2019 दे विच 9.3 लाख डेथ जड़ी कैंसर दे करके ही ना, ते इंडिया जड़ा है सेकंड हाईएस्ट कंट्री बन गया है। ठीक है, अपने एशिया दी अगर असी गल करिए, ठीक है, एशिया दे विच जो है इंडिया जड़ा है सेकंड हाईएस्ट कंट्री है, ते पहला जड़ा है जी वो चाइना है ऑब्वियसली। ठीक है, उन्होंने 48 लाख नवे केसेस जड़े है सानू देखने नु मिले। तो जी नेक्स्ट क्वेश्चन है विच स्टेट गवर्नमेंट हैज लॉन्च द राहत वाणी केंद्र फॉर अर्ली वार्निंग ऑफ डिजास्टर्स। कहते किस राज्य सरकार ने आफतों की अगाऊ चेतवानी देने की जो है चेतावनी देने की राहत वाणी केंद्र है जो शुरू होता है, बिहार, असम, यूपी या फिर वेस्ट बंगाल। विच स्टेट गवर्नमेंट हैज लॉन्च द राहत वाणी केंद्र अर्ली वार्निंग ऑफ द डिजास्टर्स। किस राज्य सरकार ने आफतों की अगाऊ चेतावनी देने राहत वाणी केंद्र होता है। इस दा राइट आंसर बच्चे हैगा जी यू। ठीक है, यूपी गवर्नमेंट जी है उन्होंने राहत वाणी केंद्र है स्टेट कैपिटल है लालबाग लखनऊ दे विच लोकेटेड हैगा जी ए वाला सेंटर। ठीक है, केंद्र जरा हैगा है तो ये विच की होगा डिफरेंट तरह के अलर्ट्स है वो टाइमली जो है दिते जा सकेंगे अगर कोई भी डिजास्टर जरा है सानू देखने को मिले। तो जी नेक्स्ट क्वेश्चन इज सावित्री बाई फूलेज बर्थ एनिवर्सरी इज सेलिब्रेटेड एवरी ईयर ऑन। सावित्री बाई फूले हर साल कदों मनाई जाती है, 2nd of January, 3rd January, 4th January, 5th January। सावित्री बाई फूले बर्थ एनिवर्सरी इज सेलिब्रेटेड एवरी ईयर ऑन। सावित्री बाई फूले हर साल कदों मनाई जाती है। इस द राइट आंसर आएगा बच्चे कदों मनाई जाती है जी 3rd of January। ठीक है, सावित्री बाई बर्थ एनिवर्सरी हर साल आप 3rd January मनाने हैं। उन्होंने जन्म होया 1831 के महाराष्ट्र के, वो एक पोएट सीगे। ठीक है, एंड उन्होंने मॉडर्न मराठी पोएट्री का पायनियर माना जाता है। ठीक है, मॉडर्न मराठी पोएट्री का पायनियर उन्होंने। सावित्री बाई फूले ये जी ज्योतिराव फूले है उन्होंने देसी मिशन जोड़ा सगा इंडिया के स्टार्ट किया 1854 तो लाके 1855 तक। ਤੇ ਮਹਾਤਮਾ ਜੋਤੀਬਾ ਫੂਲੇ ਤੇ ਉਹਨਾਂ ਦੀ ਵਾਈਫ ਜਿਹੜੀ ਸੀ ਸੱਤੇ ਛੋੜਕ ਸਮਾਜ ਦੀ ਵੀ ਫਾਊਂਡੇਸ਼ਨ ਜਿਹੜੀ ਸੀ ਉਹ ਰੱਖੀ ਸੀ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ ਹਿਸਟਰੀ ਦੇ ਪੱਖ ਤੋਂ। ਠੀਕ ਹੈ, ਸੋ ਜੀ ਨੈਕਸਟ ਕੁਐਸਚਨ ਹੈ ਕਹਿੰਦੇ ਇੰਟਰਨੈਸ਼ਨਲ ਮਾਈਂਡ ਬੋਡੀ ਵੈਲਨੈਸ ਡੇ ਇਜ਼ ਓਬਜ਼ਰਵਡ ਐਨੂਅਲੀ। ਇੰਟਰਨੈਸ਼ਨਲ ਮਾਈਂਡ ਤੇ ਬੋਡੀ ਵੈਲਨੈਸ ਡੇ ਹੈ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ, 1 ਜਨਵਰੀ, 2 ਜਨਵਰੀ ਜਾਂ ਫਿਰ 4 ਜਨਵਰੀ। ਸੋ ਦਾ ਰਾਈਟ ਆਂਸਰ 3rd January। ਠੀਕ ਹੈ, ਇੰਟਰਨੈਸ਼ਨਲ ਮਾਈਂਡ ਬੋਡੀ ਵੈਲਨੈਸ ਡੇ ਹਰ ਸਾਲ 3 ਜਨਵਰੀ ਜੋ ਹੈ ਆਪਾਂ ਸੈਲੀਬ੍ਰੇਟ ਕਰਦੇ ਹਾਂ। ਜਦਕਿ ਹੋਲਿਸਟਿਕ ਹੈਲਥ
ਪ੍ਰਮੋਟ ਕੀਤਾ ਜਾ ਸਕੇ ਤੇ ਮੈਂਟਲ ਤੇ ਫਿਜ਼ੀਕਲ ਵੈਲਬੀਇੰਗ ਜਿਹੜੇ ਹੈ ਇੱਕ ਇੰਟਰਕਨੈਕਟਡ ਹੈਗੇ ਆ, ਸਾਡੀ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈ ਮੈਂਟਲ ਹੈਲਥ ਵੀ ਤੇ ਫਿਜ਼ੀਕਲ ਹੈਲਥ ਹੈ ਉਹ ਇੱਕ ਦੂਜੇ ਨਾਲ ਜੋ ਹੈ ਇੰਟਰਕਨੈਕਟਡ ਹੈਗੇ। ਥੀਮ ਕੀ ਹੈਗਾ 2024 ਦਾ, ਹੋਲਿਸਟਿਕ ਵੈਲਨੈਸ ਮਾਈਂਡ ਬੋਡੀ ਐਂਡ ਈਵਨ, ਠੀਕ ਹੈ, ਸੋਲ ਵੀ ਜਿਹੜੀ ਹੈ ਤੁਹਾਡੀ ਵੈਲ ਹੋਣੀ ਚਾਹੀਦੀ ਮਾਈਂਡ ਬੋਡੀ ਤੇ। ਨੈਸ਼ਨਲ ਬਰਡਸ ਡੇ ਇਜ਼ ਆਬਜ਼ਰਵਡ ਐਵਰੀ ਈਅਰ ਔਨ, ਨੈਸ਼ਨਲ ਬਰਡਸ ਡੇ ਆਪਾਂ ਜੋ ਹੈ ਕਦੋਂ ਮਨਾਉਂਦੇ ਹਰ ਸਾਲ, ਰਾਸ਼ਟਰੀ ਪੰਛੀ ਦਿਵਸ 4th ਜਨਵਰੀ, 5th ਜਨਵਰੀ, 6th ਜਨਵਰੀ ਜਾਂ ਫਿਰ 7th ਆਫ। ਸੋ ਰਾਈਟ ਆਨਸਰ 5th ਆਫ ਜਨਵਰੀ, ਠੀਕ ਹੈ। ਨੈਸ਼ਨਲ ਬਰਡਸ ਡੇ ਜਿਹੜਾ ਹੈ ਜੀ ਹਰ ਸਾਲ 5 ਜਨਵਰੀ ਨੂੰ ਆਬਜ਼ਰਵ ਕੀਤਾ ਜਾਂਦਾ ਹੈ। ਕਹਿੰਦੇ ਜਿਹੜੇ ਛੋਟੇ ਮਤਲਬ ਇਕੋ ਸਿਸਟਮ ਦੇ ਵਿੱਚ ਜਿਹੜੇ ਛੋਟੇ ਛੋਟੇ ਜੋ ਹੈ ਆਪਣੇ ਪ੍ਰਾਣੀ ਹੈਗੇ ਹੈ ਨਾ, ਇਹਨਾਂ ਦੀ ਵੀ ਕੀ ਵੈਲਿਊ ਹੈਗੀ ਹੈ ਇਹਦੇ ਬਾਰੇ ਅਵੇਅਰ ਕਰਨਾ ਹੈ। ਕਹਿੰਦੇ ਕਿ ਨੈਸ਼ਨਲ ਬਰਡ ਡੇ ਇਹਦਾ ਓਰੀਜਿਨ ਅਮੈਰੀਕਨ ਹੈਗਾ ਆ ਤੇ ਉੱਥੇ ਜੋ ਹੈ ਸਭ ਤੋਂ ਪਹਿਲਾਂ ਇਸ ਨੂੰ ਨੇ ਸੈਲੀਬ੍ਰੇਟ ਕਰਨਾ ਸਟਾਰਟ ਕੀਤਾ ਸੀਗਾ ਤੇ 2002 ਦੇ ਵਿੱਚ ਇਸ ਨੂੰ ਪੂਰੇ ਵਰਲਡ ਦੇ ਵਿੱਚ ਜੋ ਹੈ ਸੈਲੀਬ੍ਰੇਟ ਕੀਤਾ। ਰਾਈਟ, 5th ਜਨਵਰੀ ਦਾ ਰਾਈਟ ਆਨਸਰ। ਸੋ ਜੀ ਡੈਟਸ ਆਲ ਫੋਰ ਦੀ ਡੇ, ਅੱਜ ਲਈ ਬਸ ਇੰਨਾ ਹੀ, ਠੀਕ ਹੈ ਜੀ। ਇਹ ਸੀਗੇ ਅੱਜ ਦੇ ਇੰਪੋਰਟੈਂਟ ਕਰੰਟ ਅਫੇਅਰਸ 5th ਜਨਵਰੀ ਦੇ, ਇਸੇ ਤਰੀਕੇ ਕੱਲ ਵੀ ਆਪਾਂ ਹੁਣ ਕਰਾਂਗੇ ਸੇਮ ਟਾਈਮ ਤੇ 9 AM ਕਲਾਸ ਹੋਏਗੀ। ਸੋ ਵਿਦਆਊਟ ਵੇਟਿੰਗ ਫੋਰ ਦੀ ਨੋਟੀਫਿਕੇਸ਼ਨ ਕਲਾਸ ਨੂੰ ਜੁਆਇਨ ਕਰ ਲਿਓ ਸ਼ਾਰਪ 9। ਸੋ ਅਗਰ ਤੁਹਾਨੂੰ ਸੈਸ਼ਨ ਅੱਛਾ ਲੱਗਾ ਤਾਂ ਸੈਸ਼ਨ ਨੂੰ ਲਾਈਕ ਤੇ ਸ਼ੇਅਰ। ਹੈਵ ਅ ਨਾਈਸ ਡੇ, ਬਾਏ ਬਾਏ।